ਇੱਕ ਦਿਨ ਪਾਠ ਕਰ ਰਹੀ ਸੀਗੀ ਅਤੇ ਉਦੋਂ ਮੇਰੇ ਦਿਮਾਗ 'ਚ ਆਇਆ ਕਿ ਮੈਂ ਜਪਜੀ ਸਾਹਿਬ ਦੇ ਪਾਠ ਨੂੰ ਕੁਛ ਹੋਰ ਮਤਲਬ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਏ। ਜੇ ਮੈਂ ਆਪਣਾ ਇੱਕ ਕਲਾ ਕਰਦੀ ਹਾਂ ਤਾਂ ਉਸ ਦੇ ਰਿਲੇਟਿਡ ਵੀ ਮਤਲਬ ਮੈਂ ਕਿਸੇ ਹੋਰ ਤਰੀਕੇ ਨਾਲ ਆਪਣੀ ਕਲਾ ਨੂੰ ਪੇਸ਼ ਕੀਤਾ। ਅਤੇ ਫਿਰ ਮੈਂ ਮਤਲਬ ਇੱਦਾਂ ਗੁਰੂ ਨਾਨਕ ਦੇਵ ਜੀ ਦੀ ਇੱਕ ਪਿਕਚਰ ਬਣਾਈ, ਜਿੱਥੋਂ ਮੈਨੂੰ ਮਤਲਬ ਮੈਨੂੰ ਇਹ ਚੀਜ਼ ਲੱਗੀ ਵੀ ਮੈਂ ਇਹਦੇ ਉੱਤੇ ਆਪਣਾ ਪਾਠ ਵੀ ਕਰ ਸਕਦੀ ਹਾਂ, ਪਾਠ ਵੀ ਲਿਖ ਸਕਦੀ ਹਾਂ। ਸਰ ਇਹਨੂੰ ਮੈਨੂੰ 3 ਮਹੀਨੇ ਲੱਗ ਗਏ ਸੀਗੇ ਅਤੇ ਇਹ ਕੈਲੀਗ੍ਰਾਫੀ ਪੈੱਨ ਦੇ ਨਾਲ ਬਣਾਇਆ। ਸਰ ਮੇਰੇ ਸਾਰੇ ਮਤਲਬ ਘਰ ਦੇ ਜਿਹੜੇ ਨੇਗੇ ਉਹ ਸਾਰੇ ਮਤਲਬ ਗੁਰਮੁਖ ਧਾਰੀ ਨੇਗੇ, ਅੰਮ੍ਰਿਤਧਾਰੀ ਨੇਗੇ, ਅਤੇ ਜਿਸ ਕਰਕੇ ਉਹਨਾਂ ਨੂੰ ਵੀ ਇਹ ਚੀਜ਼ ਵਧੀਆ ਲੱਗਦੀ ਹੈ ਅਤੇ ਸਾਰੇ ਹੀ ਇਸ ਚੀਜ਼ ਨੂੰ ਬਹੁਤ ਵਧੀਆ ਸਮਝਦੇ ਨੇਗੇ। ਮੇਰੇ ਫਰੈਂਡਸ ਵੀ ਜਿਵੇਂ ਹੋ ਗਏ ਜਾਂ ਮੇਰੇ ਟੀਚਰਸ ਵੀ, ਉਹ ਵੀ ਬਹੁਤ ਇਸ ਚੀਜ਼ ਨੂੰ ਲਾਈਕ ਕਰ ਰਹੇ ਨੇ, ਕਾਫੀ ਫੋਟੋਜ਼ ਵਗੈਰਾ ਖਿੱਚੀਆਂ ਜਾ ਰਹੀਆਂ ਨੇ ਅਤੇ ਜ਼ੂਮ ਕਰ ਕਰਕੇ ਵੀ ਦੇਖਿਆ ਜਾ ਰਿਹਾ ਵੀ ਕਿੱਦਾਂ ਮਤਲਬ ਕਿਸ ਤਰੀਕੇ ਨਾਲ ਬਣਾਇਆ ਗਿਆ। ਅਤੇ ਮੈਂ ਮੋਸਟਲੀ ਰਾਤ ਨੂੰ ਬਣਾਉਂਦੀ ਹੁੰਦੀ ਸੀਗੀ ਬੈਠ ਕੇ, ਕਿਉਂਕਿ ਸਵੇਰੇ ਤਾਂ ਇੱਦਾਂ ਹੁੰਦਾ ਸੀ ਕਾਲਜ ਵਗੈਰਾ ਜਾਣਾ ਜਾਂ ਇੱਧਰ ਪੜ੍ਹਾਈ ਕਰਨੀ ਆਪਣੀ, ਅਤੇ ਰਾਤ ਨੂੰ ਥੋੜ੍ਹਾ ਜਿਹਾ ਮੈਨੂੰ ਲੱਗਦਾ ਸੀ ਫ੍ਰੀ ਟਾਈਮ ਹੈਗਾ ਤਾਂ ਮੈਂ ਆਪਣੀ ਰਾਤ ਇਸ 'ਚ ਬਤੀਤ ਕਰਦੀ ਹੁੰਦੀ ਸੀ। ਸਰ ਮੇਰਾ ਨਾਮ ਪ੍ਰਭਲੀਨ ਕੌਰ ਹੈ। ਸਰ ਮੈਂ ਇੱਥੇ MA ਫਾਈਨ ਆਰਟਸ ਕਰ ਰਹੀ ਹਾਂ ਪੰਜਾਬੀ ਯੂਨੀਵਰਸਿਟੀ, ਅਤੇ ਮੇਰਾ 2nd year ਹੈ। ਅਤੇ ਜਿਸ ਤਰ੍ਹਾਂ ਆਪਾਂ ਸਭ ਨੂੰ ਪਤਾ ਹੈ ਵੀ 550 ਸਾਲ ਆ ਰਿਹਾ ਸੀਗਾ ਨੇੜੇ, ਅਤੇ ਇਸ ਕਰਕੇ ਮੈਂ ਇੱਕ ਦਿਨ ਪਾਠ ਕਰ ਰਹੀ ਸੀਗੀ ਅਤੇ ਉਦੋਂ ਮੇਰੇ ਦਿਮਾਗ 'ਚ ਆਇਆ ਕਿ ਮੈਂ ਜਪਜੀ ਸਾਹਿਬ ਦੇ ਪਾਠ ਨੂੰ ਕੁਛ ਹੋਰ ਮਤਲਬ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਏ। ਜੇ ਮੈਂ ਆਪਣਾ ਇੱਕ ਕਲਾ ਕਰਦੀ ਹਾਂ ਤਾਂ ਉਸ ਦੇ ਰਿਲੇਟਿਡ ਵੀ ਮਤਲਬ ਮੈਂ ਕਿਸੇ ਹੋਰ ਤਰੀਕੇ ਨਾਲ ਆਪਣੀ ਕਲਾ ਨੂੰ ਪੇਸ਼ ਕੀਤਾ। ਅਤੇ ਫਿਰ ਮੈਂ ਮਤਲਬ ਇੱਦਾਂ ਗੁਰੂ ਨਾਨਕ ਦੇਵ ਜੀ ਦੀ ਇੱਕ ਪਿਕਚਰ ਬਣਾਈ, ਜਿੱਥੋਂ ਮੈਨੂੰ ਮਤਲਬ ਮੈਨੂੰ ਇਹ ਚੀਜ਼ ਲੱਗੀ ਵੀ ਮੈਂ ਇਹਦੇ ਉੱਤੇ ਆਪਣਾ ਪਾਠ ਵੀ ਕਰ ਸਕਦੀ ਹਾਂ, ਪਾਠ ਵੀ ਲਿਖ ਸਕਦੀ ਹਾਂ। ਅਤੇ ਉਸ ਟਾਈਮ ਫਿਰ ਮੈਂ ਆਪਣਾ ਪਾਠ ਲਿਖਣਾ ਸ਼ੁਰੂ ਕੀਤਾ। ਕਿਸ ਤਰ੍ਹਾਂ ਲਿਖਿਆ, ਕਿੰਨਾ ਸਮਾਂ ਲੱਗ ਗਿਆ ਇਸਨੂੰ ਬਣਾਉਂਦੇ ਹੋਏ? ਸਰ ਇਹਨੂੰ ਮੈਨੂੰ 3 ਮਹੀਨੇ ਲੱਗ ਗਏ ਸੀਗੇ ਅਤੇ ਇਹ ਕੈਲੀਗ੍ਰਾਫੀ ਪੈੱਨ ਦੇ ਨਾਲ ਬਣਾਇਆ। ਕਿਵੇਂ ਸਿੱਖਿਆ ਮਨ ਵਿੱਚ, ਕਿਵੇਂ ਮਤਲਬ ਘਰਦਿਆਂ ਨੇ ਤੁਹਾਨੂੰ ਪੁੱਛਿਆ ਕਿਵੇਂ? ਸਰ ਮੇਰੇ ਸਾਰੇ ਮਤਲਬ ਘਰ ਦੇ ਜਿਹੜੇ ਨੇਗੇ ਉਹ ਸਾਰੇ ਮਤਲਬ ਗੁਰਮੁਖ ਧਾਰੀ ਨੇਗੇ, ਅੰਮ੍ਰਿਤਧਾਰੀ ਨੇਗੇ, ਅਤੇ ਜਿਸ ਕਰਕੇ ਉਹਨਾਂ ਨੂੰ ਵੀ ਇਹ ਚੀਜ਼ ਵਧੀਆ ਲੱਗਦੀ ਹੈ ਅਤੇ ਸਾਰੇ ਹੀ ਇਸ ਚੀਜ਼ ਨੂੰ ਬਹੁਤ ਵਧੀਆ ਸਮਝਦੇ ਨੇਗੇ। ਅਤੇ ਹੁਣ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ, ਜਿਹੜੇ ਯੂਥ ਅੱਜ ਦਾ ਕੀ ਨਾ ਹੋਰਾ ਕਮਾਲ ਤੁਰੀ ਫਿਰਦਾ, ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਹਾਂਜੀ ਸਰ, ਵੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਆਸ ਪਾਸ ਦੀ ਜਿਹੜੀ ਦੁਨੀਆ ਜਿਸ ਤਰੀਕੇ ਨਾਲ ਆਪਾਂ ਤੌਰ ਤਰੀਕੇ ਨਾਲ ਰਹਿ ਰਹੇ ਹਾਂ, ਉਹ ਅੱਜ ਕੱਲ੍ਹ ਆਪਣੀ ਜਿਹੜੀ ਸਿੱਖੀ ਹੈ ਉਸ ਚੀਜ਼ ਤੋਂ ਆਪਾਂ ਟੁੱਟਦੇ ਜਾ ਰਹੇ ਹਾਂ, ਅਤੇ ਜੇ ਆਪਾਂ ਇਸ ਚੀਜ਼ ਨੂੰ ਧਿਆਨ ਵਿੱਚ ਲੈ ਕੇ ਵੀ ਆਪਣਾ ਜਿਸ ਤਰ੍ਹਾਂ ਤਰੀਕੇ ਨਾਲ ਪਾਠ ਪੂਜਾ ਕਰੀਏ ਤਾਂ ਕਿ ਆਪਾਂ ਸਿੱਧੇ ਰਸਤੇ ਚੱਲੀਏ। ਕਾਫੀ ਲੋਕ ਨੇ ਜਿਹੜੇ ਇਸ ਚੀਜ਼ ਨੂੰ ਦੇਖਣ ਲਈ ਬਹੁਤ ਸਰ ਕਾਫੀ ਰਿਸਪੋਂਸ ਆ ਰਿਹਾ, ਕਈ ਲੋਕ ਇਸ ਚੀਜ਼ ਨੂੰ ਦੇਖ ਕੇ ਬਹੁਤ ਪ੍ਰਸੰਨ ਹੋ ਰਹੇ ਨੇਗੇ ਅਤੇ ਕਾਫੀ ਜਾਣੇ ਆ ਕੇ ਇੱਥੋਂ ਦੇਖਣ ਵੀ ਆ ਰਹੇ ਨੇਗੇ, ਅਤੇ ਕਈ ਮੇਰੇ ਫਰੈਂਡਸ ਵੀ ਜਿਵੇਂ ਹੋ ਗਏ ਜਾਂ ਮੇਰੇ ਟੀਚਰਸ ਵੀ, ਉਹ ਵੀ ਬਹੁਤ ਇਸ ਚੀਜ਼ ਨੂੰ ਲਾਈਕ ਕਰ ਰਹੇ ਨੇ, ਕਾਫੀ ਫੋਟੋਜ਼ ਵਗੈਰਾ ਖਿੱਚੀਆਂ ਜਾ ਰਹੀਆਂ ਨੇ ਅਤੇ ਜ਼ੂਮ ਕਰ ਕਰਕੇ ਵੀ ਦੇਖਿਆ ਜਾ ਰਿਹਾ ਵੀ ਕਿੱਦਾਂ ਮਤਲਬ ਕਿਸ ਤਰੀਕੇ ਨਾਲ ਬਣਾਇਆ ਗਿਆ। ਅਤੇ ਬਾਕੀ ਮੈਂ ਸੋਸ਼ਲ ਮੀਡੀਆ 'ਤੇ ਵੀ ਇਹ ਅਪਲੋਡ ਕੀਤੀਆਂ ਸੀਗੀਆਂ, ਉੱਥੇ ਵੀ ਬਹੁਤ ਬਹੁਤ ਵਧੀਆ ਰਿਸਪੋਂਸ ਆਇਆ, ਤਾਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇੱਦਾਂ ਦੀ ਚੀਜ਼ ਨੂੰ ਕਾਫੀ ਧਿਆਨ ਨਾਲ ਕਾਫੀ ਗੌਰ ਦੇ ਨਾਲ ਲੋਕ ਦੇਖਦੇ ਨੇਗੇ। ਕਿਸ ਟਾਈਮ ਤੁਸੀਂ ਬਣਾਇਆ ਸੀ, ਜਿਹਨੇ ਤੁਸੀਂ ਸਟੱਡੀ ਕਰ ਰਹੇ ਹੋ ਤਾਂ ਕਿਸ ਟਾਈਮ ਕਾਫੀ ਬਰੀਕੀ 'ਚ ਲਿਖਿਆ ਹੋਇਆ? ਹਾਂਜੀ ਲੱਗਣ ਤੁਹਾਨੂੰ ਨਿਗਾਹ 'ਤੇ ਜੋ? ਸਰ ਇਹ ਮੈਂ ਮੋਸਟਲੀ ਰਾਤ ਨੂੰ ਬਣਾਉਂਦੀ ਹੁੰਦੀ ਸੀਗੀ ਬੈਠ ਕੇ, ਕਿਉਂਕਿ ਸਵੇਰੇ ਤਾਂ ਇੱਦਾਂ ਹੁੰਦਾ ਸੀ ਕਾਲਜ ਵਗੈਰਾ ਜਾਣਾ ਜਾਂ ਇੱਧਰ ਪੜ੍ਹਾਈ ਕਰਨੀ ਆਪਣੀ, ਅਤੇ ਰਾਤ ਨੂੰ ਥੋੜ੍ਹਾ ਜਿਹਾ ਮੈਨੂੰ ਲੱਗਦਾ ਸੀ ਫ੍ਰੀ ਟਾਈਮ ਹੈਗਾ ਤਾਂ ਮੈਂ ਆਪਣੀ ਰਾਤ ਇਸ 'ਚ ਬਤੀਤ ਕਰਦੀ ਹੁੰਦੀ ਸੀ। ਕਾਫੀ ਅੱਛਾ ਲੱਗਦਾ ਸੀਗਾ ਰਾਤ ਨੂੰ ਇਹ ਚੀਜ਼ ਕਰਕੇ, ਕਿਉਂਕਿ ਦਿਨੇ ਤੁਹਾਨੂੰ ਪਤਾ ਹੀ ਹੈ ਕਿੰਨਾ ਸ਼ੋਰ ਸ਼ਰਾਬਾ ਹੁੰਦਾ, ਉਸ ਚੀਜ਼ 'ਚ ਧਿਆਨ ਜ਼ਿਆਦਾ ਨਹੀਂ ਪੈਂਦਾ ਹੈਗਾ, ਗੌਰ ਨਹੀਂ ਆਪਾਂ ਕਰ ਸਕਦੇ। ਬਟ ਜਦੋਂ ਆਪਾਂ ਰਾਤ ਨੂੰ ਪੂਰੀ ਪੇਸ਼ੈਂਸ 'ਚ ਬਣਾਉਂਦੇ ਹਾਂ ਉਸ ਟਾਈਮ ਆਪਾਂ ਇੱਕ ਮਿਕ ਹੋ ਜਾਂਦੇ ਹਾਂ।
ਆਲਾ ਡ੍ਰੀਮ ਕੇ ਤੁਹਾਡਾ ਕੁਝ ਹੋਰ ਵੀ ਤਾਂ ਕੁਝ ਹੋਰ ਨਵਾਂ ਪ੍ਰੋਜੈਕਟ ਹੋਇਆ ਕੁਝ ਤਿਆਰ ਮਾਈਂਡ ਵਿੱਚ ਹੈ? ਹਾਂਜੀ ਫਿਲਹਾਲ ਤਾਂ ਮੇਰਾ ਇਹ ਹੈ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲ ਤੇ ਕੁਝ ਹੋਰ ਐਕਸਟਰਾ ਕੀਤਾ ਜਾਵੇ ਤੇ ਇਸ ਦੇ ਰਿਲੇਟਡ ਇੱਕ ਹੋਰ ਮੈਂ ਆਪਣੀ ਪੇਂਟਿੰਗ ਤਿਆਰ ਕਰ ਰਹੀ ਹਾਂ ਗੁਰੂ ਨਾਨਕ ਦੇਵ ਜੀ ਦੀ ਤੇ ਕੁਝ ਮੈਂ 13-13 ਵੱਟੇ ਦੀ ਵੀ ਪੇਂਟਿੰਗ ਬਣਾਈ ਸੀਗੀ ਜਿਹਦੇ ਵਿੱਚ ਮੈਂ ਗੁਰੂ ਨਾਨਕ ਦੇਵ ਜੀ ਨੂੰ ਸ਼ੋਅ ਕੀਤਾ ਹੋਇਆ ਤੇ ਉਸ ਦੇ ਵਿੱਚ ਇੱਕ ਸਾਈਡ ਤੇ 13-13 ਵਾਲੇ ਵੱਟੇ ਵੀ ਆਪਾਂ ਬਣਾਏ ਨੇਗੇ। ਫ੍ਰੀ ਸੇਵਾ ਫ੍ਰੀ ਸਮਾਧਾਨ। ਵਿਦੇਸ਼ ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਤਰਮਿੰਦਰ ਜੀਤ ਸਿੰਘ ਜੀ। ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ। ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ। ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ। ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ। ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ। ਲਵ ਮੈਰਿਜ, ਲਾਟਰੀ ਨੰਬਰ, ਪੀਆਰ ਪ੍ਰੋਬਲਮ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਮਨ ਚਾਹਿਆ ਪਿਆਰ, ਬੱਚੇ ਕਹਿਣੇ ਤੋਂ ਬਾਅਦ, ਘਰ ਵਿੱਚ ਕਲੇਸ਼, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ, ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਤਰਮਿੰਦਰ ਜੀਤ ਸਿੰਘ ਜੀ ਨਾਲ 9878484896।